ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਬੇਅਦਬੀਆਂ ਨੂੰ ਲੈ ਕੇ ਅਤੇ ਬਹਿਬਲ ਕਲਾ ਗੋਲੀਕਾਂਡ ਨੂੰ ਲੈ ਕੇ ਹੁਣ SIT ਦੇ ਕੋਲ ਸਾਰੀ ਜਾਂਚ ਜਾ ਚੁੱਕੀ ਹੈ, ਕਿਉਂਕਿ ਜੋ ਵੀ ਪਟੀਸ਼ਨਸ ਕੋਰਟ ਦੇ ਵਿੱਚ ਪਾਈਆਂ ਗਈਆਂ ਸੀ ਉਹਨਾਂ ਸਾਰੀਆਂ ਪਟੀਸ਼ਨਸ ਨੂੰ ਰੱਦ ਕਰਦੇ ਹੋਇਆ ਕੋਰਟ ਨੇ SIT ਦੇ ਹੱਥ ਸਾਰੀ ਦੀ ਸਾਰੀ ਪਾਵਰ ਸੌਂਪ ਦਿੱਤੀ ਸੀ ਕਿ ਹੁਣ ਇਸ ਮਾਮਲੇ ਦੇ ਵਿੱਚ SIT ਹੀ ਅੱਗੇ ਕਾਰਵਾਈ ਕਰੇਗੀ। ਜਿਸ ਦੇ ਚੱਲਦਿਆਂ ਹਾਲ ਹੀ ਦੇ ਵਿੱਚ SIT ਨੇ ਉਸ ਸਮੇਂ ਦੇ ਵਿੱਚ ਮੋਗਾ ਦੇ SSP ਰਹੇ ਚਰਨਜੀਤ ਸਿੰਘ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕਰ ਲਿਆ ਹੈ, ਜਿਹਨਾਂ ਨੂੰ SIT ਵੱਲੋਂ ਪਹਿਲਾਂ ਨੋਟਿਸ ਵੀ ਭੇਜੇ ਗਏ ਸਨ, ਪਰ ਉਹ ਬਚਦਾ ਹੋਇਆ ਨਜ਼ਰ ਆ ਰਿਹਾ ਸੀ, ਆਪਣੇ ਆਪ ਨੂੰ SIT ਤੋਂ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੁਹਾਨੂੰ ਦੱਸ ਦਈਏ ਕਿ ਇਸ ਦੇ ਕੋਲ ਅਮਰੀਕਾ ਅਤੇ ਕੈਨੇਡਾ ਦੇ ਵੀਜ਼ਾਜ਼ ਵੀ ਸੀਗੇ ਅਤੇ ਇਹ ਬਾਹਰ ਜਾਣ ਦੀ ਫਿਰਾਕ 'ਚ ਸੀ ਕਿ ਇਸ ਨੂੰ SIT ਦਾ ਸਾਹਮਣਾ ਨਾ ਕਰਨਾ ਪਵੇ ਅਤੇ ਬਹਿਬਲ ਕਲਾਂ ਗੋਲੀਕਾਂਡ ਦਾ ਅਸਲ ਸੱਚ ਦੁਨੀਆਂ ਦੇ ਸਾਹਮਣੇ ਨਾ ਆ ਸਕੇ। ਪਰ SIT ਨੇ ਇਸ ਦੇ ਮਨਸੂਬੇ ਪੂਰੇ ਹੋਣ ਤੋਂ ਪਹਿਲਾਂ ਹੀ ਇਸ ਨੂੰ ਧਰ ਦਬੋਚਿਆ ਅਤੇ ਉਸ ਤੋਂ ਬਾਅਦ SIT ਨੇ ਪ੍ਰੈਸ ਕਾਨਫਰੰਸ ਕਰਕੇ ਕੀ ਕਿਹਾ, ਤੁਸੀਂ ਆਪ ਸੁਣ ਲਵੋ। पहले ये बताइए कि आप लोग किस लैंग्वेज में कर रहे हैं? पंजाबी 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 कर दीजिए। पंजाबी पहले पंजाबी कर दीजिए। सर हिंदी बाद में करोगे? हां जी बाद में करो, पहले पंजाबी करते हैं। ओके सर। हेलो सर, यार की करी जाना तू? देखो जो बहबल कला ਅਤੇ ਕੋਰਟ ਕਪੂਰਾ ਦੇ ਵਿੱਚ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀ, ਉਸ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਇਸ ਕੇਸ ਦੇ ਵਿੱਚ ਜੋ ਅੱਜ ਚਰਨਜੀਤ ਸਿੰਘ ਜੋ ਉਦੋਂ SSP ਮੋਗਾ ਹੁੰਦੇ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਅੱਜ ਸਵੇਰੇ ਸਵੇਰੇ ਕੀਤੀ ਗਈ ਹੈ ਔਰ ਚਰਨਜੀਤ ਸਿੰਘ ਇਹਨਾਂ ਦੀ ਗ੍ਰਿਫਤਾਰੀ ਅੱਜ ਸਵੇਰੇ ਕੀਤੀ ਗਈ ਹੈ ਅਤੇ ਇਹ ਬਹਿਬਲ ਕਲਾਂ ਵਾਲੇ ਕੇਸ ਦੇ ਵਿੱਚ ਨਾਮਜ਼ਦ ਅਭਿਯੁਕਤ ਸੀਗੇ। ਇਹਨਾਂ ਦੇ ਖਿਲਾਫ਼ ਆਲਰੇਡੀ ਮਤਲਬ ਸਫ਼ਾ ਮਿਸਲ 'ਤੇ ਸਬੂਤ ਆ ਗਿਆ ਸੀ, ਫਿਰ ਵੀ ਸਾਡੀ ਇਹ ਕੋਸ਼ਿਸ਼ ਸੀਗੀ ਕਿ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਆਪਣਾ ਪੱਖ ਰੱਖਣ ਦਾ। 29 ਤਰੀਕ ਵਾਸਤੇ ਨੋਟਿਸ ਇਹਨਾਂ ਨੂੰ ਇਸ਼ੂ ਕਰ ਦਿੱਤਾ ਗਿਆ ਸੀ, ਲੇਕਿਨ ਉਹ ਨੋਟਿਸ ਤਮਿਲ ਨਹੀਂ ਹੋਇਆ ਸੀ ਕਿਉਂਕਿ ਇਹ ਆਊਟ ਆਫ ਰੀਚ ਸੀਗੇ, ਸੱਜੇ ਖੱਬੇ ਹੋ ਗਏ ਸੀ। ਅਤੇ ਜਦੋਂ ਸਾਡੇ ਕੋਲ ਪੁਖਤਾ ਇਨਫੋਰਮੇਸ਼ਨ ਆ ਗਈ ਕਿ ਇਹ ਮਤਲਬ 29 ਤਰੀਕ ਨੂੰ ਪੁਲਿਸ ਦੇ ਸਾਹਮਣੇ SIT ਦੇ ਸਾਹਮਣੇ ਨਹੀਂ ਪੇਸ਼ ਹੋਣਗੇ ਅਤੇ ਇਹਨਾਂ ਨੇ ਮਤਲਬ ਵਿਦੇਸ਼ ਜਾਣ ਵਾਸਤੇ ਟਿਕਟ ਵਗੈਰਾ ਲੈਣ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਵੀ ਪਤਾ ਲੱਗ ਗਿਆ ਕਿ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਦਾ ਵੀਜ਼ਾ ਇਹਨਾਂ ਦੇ ਕੋਲ ਆਲਰੇਡੀ ਹੈ, ਤਾਂ ਇਹਨਾਂ ਨੂੰ ਮਤਲਬ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਕਰਕੇ ਅੱਜ ਸਵੇਰੇ ਸਵੇਰੇ ਇਹ ਗ੍ਰਿਫਤਾਰੀ ਅਮਲ ਦੇ ਵਿੱਚ ਲਿਆਂਦੀ ਗਈ ਅਤੇ ਗ੍ਰਿਫਤਾਰੀ ਵਾਸਤੇ ਠੋਸ ਸਬੂਤ ਸਫ਼ਾ ਮਿਸਲ 'ਤੇ ਹੈ ਇਹਨਾਂ ਦੇ ਖਿਲਾਫ਼। ਸਰ ਕੀ ਸਬੂਤ ਨੇ, ਕੀ ਭੂਮਿਕਾ ਕੀ ਸੀਗੀ? ਜੋ ਸਬੂਤ ਹੈ, ਜੋ ਭੂਮਿਕਾ ਹੈ ਉਹ ਕੇਸ ਫਾਈਲ ਦੇ ਉੱਤੇ ਹੈ, ਉਹ ਅਸੀਂ ਅਦਾਲਤ ਦੇ ਵਿੱਚ ਦੇ ਦੇਵਾਂਗੇ। ਅਦਾਲਤ ਦੇ ਵਿੱਚ ਜਦੋਂ ਫਾਈਨਲ ਰਿਪੋਰਟ ਦੇ ਦਿੱਤੀ ਜਾਵੇਗੀ ਉਹ ਫਿਰ ਸਾਰਿਆਂ ਦੇ ਸਾਹਮਣੇ ਓਪਨ ਕਰ ਦਿੱਤੀ ਜਾਵੇਗੀ। ਇਨੀਸ਼ੀਅਲ ਪੁੱਛਗਿੱਛ ਦੇ ਦੌਰਾਨ ਕਾਫ਼ੀ ਦੇਖੋ ਮਤਲਬ ਪੁੱਛਗਿੱਛ ਹਲੇ ਚੱਲ ਰਹੀ ਹੈ ਕਿਉਂਕਿ ਅੱਜ ਸਵੇਰੇ ਹੀ ਗ੍ਰਿਫਤਾਰੀ ਹੋਈ ਹੈ ਅਤੇ ਅੱਜ ਜੋ ਪੁੱਛਗਿੱਛ ਹੋਈ ਹੈ ਉਸ ਦਾ ਮਤਲਬ ਮਜ਼ਬੂਨ ਮੈਂ ਨਹੀਂ ਦੱਸ ਸਕਦਾ ਹਾਂ ਕਿਉਂਕਿ ਇਹ ਆਉਣ ਵਾਲੇ ਸਮਾਂ ਦੇ ਵਿੱਚ ਜੋ ਗੱਲ ਦੱਸਣੀ ਹੋਗੀ ਉਹ ਤੁਹਾਡੇ ਨਾਲ ਅਸੀਂ ਜ਼ਰੂਰ ਦੱਸਾਂਗੇ, ਲੇਕਿਨ ਜੋ ਐਵੀਡੈਂਸ ਹੈ ਉਹ ਅਸੀਂ ਕੋਰਟ ਦੇ ਵਿੱਚ ਦੇ ਸਾਹਮਣੇ।
ਦੇਖੋ ਜਿਸ ਜਿਸ ਵਿਅਕਤੀ ਦਾ ਜੋ ਜੋ ਰੋਲ ਹੋਗਾ ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਏਗੀ। ਇਹ ਐਸ ਆਈ ਟੀ ਨੇ ਡਿਸਾਈਡ ਕਰਨਾ ਹੈ ਕਿ ਜੋ ਫੈਕਟ ਸਾਹਮਣੇ ਆਉਣਗੇ ਅਤੇ ਉਸ ਦੇ ਹਿਸਾਬ ਦੇ ਨਾਲ ਜੋ ਜੋ ਚੀਜ਼ ਜਿਸ ਜਿਸ ਵਿਅਕਤੀ ਦੇ ਖਿਲਾਫ ਜੋ ਸਬੂਤ ਹੋਗਾ ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਹ ਤੁਹਾਨੂੰ ਦੱਸ ਦੇਵਾਂਗੇ ਜੀ, ਤੁਹਾਨੂੰ ਦੱਸ ਦੇਵਾਂਗੇ। ਸਰ ਜਿਵੇਂ ਮੀਡੀਆ ਰਿਪੋਰਟ ਆਈਆਂ ਕਿ ਉਹ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਹਾਂਜੀ ਸ਼ਰਮਾ ਜੀ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਉਹਦੇ ਬਾਰੇ? ਭੱਜਣ ਦੀ ਕੋਸ਼ਿਸ਼ ਅੱਜ ਵੀ, ਹਾਂ ਜਦੋਂ ਪੁਲਿਸ ਨੇ ਘੇਰਾ ਪਾ ਲਿਆ ਉਦੋਂ ਵੀ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਲੇਕਿਨ ਪੁਲਿਸ ਦਾ ਘੇਰਾ ਮਤਲਬ ਕਾਫੀ ਮਤਲਬ ਤਰੀਕੇ ਦੇ ਨਾਲ ਲਗਾਇਆ ਗਿਆ ਸੀ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀਗੀ, ਇਸ ਕਰਕੇ ਉਹ ਭੱਜਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਕਿਸ ਜਗ੍ਹਾ ਤੋਂ ਕੀਤੀ ਗਈ ਹੈ? ਹੁਸ਼ਿਆਰਪੁਰ ਤੋਂ ਕੀਤੀ। ਸਰ ਕੋਰਟ 'ਚ ਕਦੋਂ ਪੇਸ਼ ਕੀਤਾ ਜਾ ਰਿਹਾ ਜੀ? ਕੋਰਟ 'ਚ ਕਦੋਂ ਪੇਸ਼ ਕੀਤਾ ਜਾ ਰਿਹਾ? ਉਹ ਤੁਹਾਨੂੰ ਦੱਸ ਦੇਵਾਂਗੇ ਜੀ। ਸਰ ਜੋ ਕਿਆਸ ਲਗਾਇਆ ਜਾਏ ਕਿ ਸਰਕਾਰ ਦੇ ਕਹਿਣ ਤੇ ਗੋਲੀ ਚਲਾਈ ਗਈ ਸੀ, ਉਹਦੇ ਬਾਰੇ ਕੁਝ ਦੱਸੋ। ਦੇਖੋ ਜੀ, ਅਸੀਂ ਕਾਨੂੰਨ ਦੇ ਤਹਿਤ ਕੰਮ ਕਰ ਰਹੇ ਹਾਂ, ਇਸ ਕਰਕੇ ਅਸੀਂ ਇਸ ਤਰ੍ਹਾਂ ਦਾ ਕੋਈ ਵੀ ਸਟੇਟਮੈਂਟ ਨਹੀਂ ਦੇ ਸਕਦੇ। ਅਸੀਂ ਜੋ ਵੀ ਸਬੂਤ ਸਾਡੇ ਕੇਸ ਫਾਈਲ ਦੇ ਉੱਤੇ ਹੈ ਉਸ ਦੇ ਹਿਸਾਬ ਦੇ ਨਾਲ ਗੱਲ ਕਰਾਂਗੇ, ਕਾਨੂੰਨ ਗੱਲ ਕਰਾਂਗੇ। ਕੋਈ ਕਿਆਸ ਪਬਲਿਕ ਦਾ ਕੋਈ ਵੀ ਵਿਅਕਤੀ ਜੋ ਆਪਣੀ ਮਰਜ਼ੀ ਦੇ ਨਾਲ ਕੋਈ ਚੀਜ਼ ਕਰ ਰਿਹਾ ਉਸ ਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ। ਸਾਡੇ ਸਾਹਮਣੇ ਜੋ ਐਵੀਡੈਂਸ ਆਇਆ ਹੈ, ਜੋ ਬਿਆਨ ਆਏ ਨੇ ਅਤੇ ਜੋ ਬਾਕੀ ਵੀ ਸਰਕਮਸਟਾਂਸ਼ੀਅਲ ਐਵੀਡੈਂਸ ਨੇ, ਅਸੀਂ ਉਹਨਾਂ ਐਵੀਡੈਂਸ ਦੇ ਆਧਾਰ 'ਤੇ ਅਸੀਂ ਕਾਰਵਾਈ ਕਰ ਰਹੇ ਹਾਂ। ਇਹ ਜੋ ਮੁਕਦਮਾ ਹੈ ਜਿਸ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਉਹ 302 ਦਾ ਕੇਸ ਹੈ, ਬਹਬਲ ਕਲਾਂ 2015 ਦੇ ਵਿੱਚ ਇਹ ਮੁਕਦਮਾ ਦਰਜ ਹੋਇਆ ਸੀ, ਉਸ ਦੇ ਵਿੱਚ ਗ੍ਰਿਫਤਾਰੀ ਅਮਲ ਦੇ ਵਿੱਚ ਲਿਆਂਦੀ ਗਈ। ਇਹ ਥਾਣਾ ਬਾਜਾ ਖਾਣਾ ਦਾ ਹੈ। ਇੱਕ ਐਪੀਸੋਡ ਹੋ ਗਿਆ ਤਾਂ ਦੱਸੋ, ਨਹੀਂ ਬਤਾਏ ਯੇ ਤੋ ਅਦਾਲਤ ਕੇ ਲਈ ਕੁਛ ਰੱਖੇਂਗੇ ਨਾ ਹਮ। ਸਵਾਲ ਕੀਜੀਏ, ਜੋ ਬਹਬਲ ਕਲਾਂ ਔਰ ਕੋਟ ਕਪੂਰਾ ਮੇ ਫਾਇਰਿੰਗ ਹੋਈ ਥੀ 2015 ਅਕਤੂਬਰ ਮਹੀਨੇ ਮੇ, ਉਸ ਸੰਬੰਧ ਮੇ ਐਸ ਆਈ ਟੀ ਕੀ ਤਰਫ ਸੇ ਚਰਨਜੀਤ ਸਿੰਘ ਉਸ ਸਮੇਂ ਕੇ ਐਸ ਐਸ ਪੀ ਮੋਗਾ ਕੋ ਆਜ ਗ੍ਰਿਫਤਾਰ ਕੀਆ ਗਿਆ ਹੈ। ਇਨਕੇ ਬਾਰੇ ਮੇ ਇਨਸੇ ਸੰਬੰਧਿਤ ਕੇਸ ਫਾਈਲ ਕੇ ਉੱਪਰ ਸਫੀਸੀਐਂਟ ਐਵੀਡੈਂਸ ਆ ਚੁੱਕਾ ਹੈ ਔਰ ਇਨਕੋ ਨੋਟਿਸ ਜਾਰੀ ਕੀਆ ਗਿਆ ਥਾ 29 ਤਾਰੀਖ ਕੋ ਪੇਸ਼ ਹੋਣੇ ਕੇ ਲੀਏ, ਲੇਕਿਨ ਵੋ ਨੋਟਿਸ ਸਰਵ ਨਹੀਂ ਹੋ ਪਾ ਰਹਾ ਥਾ ਕਿਉਂਕਿ ਇਹ ਅਵੇਲੇਬਲ ਨਹੀਂ ਥੇ ਔਰ ਯੇ ਪਤਾ ਚਲਾ ਕਿ ਯੇ ਦਾਏ ਬਾਏ ਹੋ ਗਏ ਹੈ ਔਰ ਯੇ ਪੇਸ਼ ਨਹੀਂ ਹੋਗੇ ਔਰ ਇਨਕਾ ਵੀਜ਼ਾ ਲਗਾ ਹੁਆ ਹੈ, ਯੇ ਬਾਹਰ ਜਾ ਸਕਤੇ ਹੈ ਔਰ ਯੇ ਟਿਕਟ ਵਗੈਰਾ ਲੈਣੇ ਕਾ ਪ੍ਰਯਾਸ ਕਰ ਰਹੇ ਥੇ, ਇਸ ਬਾਰੇ ਮੈਂ ਪੁਲਿਸ ਕੇ ਪਾਸ ਪੁਖਤਾ ਜਾਣਕਾਰੀ ਜਬ ਮਿਲੀ ਤੋ ਇਨਕੀ ਗ੍ਰਿਫਤਾਰੀ ਕੇ ਲੀਏ ਮਤਲਬ ਹਮਨੇ ਪ੍ਰਯਾਸ ਕੀਏ ਔਰ ਸੋਰਸ ਲਗਾ ਕਰਕੇ ਇਨਕੇ ਬਾਰੇ ਮੈਂ ਪਤਾ ਕੀਆ ਗਿਆ ਔਰ ਅੱਜ ਸੁਬਹ ਸੁਬਹ ਇਨਕੋ ਅਰਲੀ ਮੋਰਨਿੰਗ ਗ੍ਰਿਫਤਾਰ ਕੀਆ ਗਿਆ ਹੈ ਹੁਸ਼ਿਆਰਪੁਰ ਸੇ ਔਰ ਬਾਕੀ ਤਫਤੀਸ਼ ਚੱਲ ਰਹੀ ਹੈ, ਇਨਵੈਸਟੀਗੇਸ਼ਨ ਚੱਲ ਰਹਾ ਹੈ, ਆਨੇ ਵਾਲੇ ਸਮੇਂ ਮੇਂ ਜੋ ਵੀ ਡਿਵਲਪਮੈਂਟ ਹੋਗਾ ਆਪਕੋ ਹਮ ਬਤਾਤੇ ਹੈਂ। ਗ੍ਰਿਫਤਾਰੀ ਜਬ ਕਰਨੇ ਕੇ ਲੀਏ ਘੇਰਾ ਡਾਲ ਦਿਆ ਗਿਆ ਉਸ ਸਮੇਂ ਇਨਹੋਨੇ ਭਾਗਨੇ ਕੀ ਕੋਸ਼ਿਸ਼ ਕੀ ਔਰ ਇਨਕੀ ਕੋਸ਼ਿਸ਼ ਇਹੀ ਥੀ ਕਿ ਇਹ ਭਾਗ ਜਾਏ, ਲੇਕਿਨ
पुलिस का घेरा मजबूत था, इसलिए मतलब ये भागने में नाकामयाब रहे, पुलिस ने इनको गिरफ्तार किया। फिलहाल इनको बहबल कलां गोलीकांड में 302 के केस में गिरफ्तार किया गया। सर इसमें एक सवाल है कि एसएसपी जी मोगा के थे, बहबल कलां पुलिस कोर्ट में था, तो इनकी वहां क्या भूमिका थी, क्यों किस लिए गए थे? देखिए इनकी जो भूमिका थी वो जांच का विषय है, और जांच में बहुत सारी चीजें आ चुकी हैं और बहुत सारी चीजें आनी बाकी हैं। तो ये वहां गए थे, वहां पर मतलब इनकी प्रेजेंस थी, और केस फाइल पर जो स्टेटमेंट्स आए हैं और दूसरे जो एविडेंस हैं उसके आधार पर इनकी गिरफ्तारी के लिए सबूत हमारे पास। ये सारा चीज हम बाद में बताएंगे आपको। सर और कहां कहां छापेमारी की जा रही है? देखिए जो आपको जो भी गिरफ्तारी हो जाएगी उसके बारे में आपको हम बताते रहेंगे। जी वो सारा कुछ हम आपको बाद में बताएंगे। ਗੁਰੂ ਪਿਆਰਿਓ ਗੱਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੀ ਹੋਵੇ ਜਾਂ ਬਹਿਬਲ ਕਲਾਂ ਵਿਖੇ ਚੱਲੀਆਂ ਬੇਕਸੂਰੇ ਨੌਜਵਾਨਾਂ ਤੇ ਗੋਲੀਆਂ ਦੀ, ਉਹ ਹਰ ਸ਼ਖਸ ਬੇਨਕਾਬ ਹੋਣਾ ਚਾਹੀਦਾ ਹੈ ਜੋ ਵੀ ਇਸ ਘਟੀਆ ਮਨਸੂਬਿਆਂ ਦੇ ਪਿੱਛੇ ਸੀ ਜਾਂ ਜਿਨ੍ਹਾਂ ਦੀਆਂ ਵੀ ਪਾਵਰਾਂ ਅਜਿਹੇ ਘਟੀਆ ਲੋਕਾਂ ਨੂੰ ਬਚਾਉਣ ਵਾਸਤੇ ਇਸਤੇਮਾਲ ਕੀਤੀਆਂ ਗਈਆਂ, ਫਿਰ ਚਾਹੇ ਉਹ ਕੋਈ ਪੁਲਿਸ ਅਧਿਕਾਰੀ ਹੋਵੇ ਜਾਂ ਪੋਲੀਟੀਕਲ ਲੀਡਰ, ਉਸ ਹਰ ਇਨਸਾਨ ਨੂੰ ਸਜ਼ਾ ਹੋਣੀ ਚਾਹੀਦੀ ਹੈ ਜਿਸ ਨੇ ਵੀ ਬੇਅਦਬੀਆਂ ਕਰਵਾਈਆਂ ਜਾਂ ਬੇਅਦਬੀਆਂ ਕਰਨ ਵਾਲਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੇ ਵੀ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਤੇ ਬੇਕਸੂਰੇ ਮਰਵਾਏ, ਤੇ ਹੁਣ ਵੇਖਣਾ ਇਹ ਹੋਵੇਗਾ ਕਿ ਐਸਆਈਟੀ ਦੀ ਇਹ ਕਾਰਵਾਈ ਕੀ ਰੰਗ ਲਿਆਉਂਦੀ ਹੈ, ਚਰਨਜੀਤ ਸਿੰਘ ਤੋਂ ਹੋਰ ਕੀ ਕੁਝ ਉਗਲਵਾਉਂਦੀ ਹੈ, ਅਤੇ ਚਰਨਜੀਤ ਸਿੰਘ ਦੇ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਹ ਹੋਰ ਕੀ ਖੁਲਾਸੇ ਕਰਦਾ ਹੈ। ਬਹਰਹਾਲ ਤੁਸੀਂ ਇਸ ਸਾਰੇ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।